महज 15 दिन के अंदर अंदर यह तीसरा मामला सामने आया जदों जेल दे विच बंद बैठे कैदी वालों जेल दे अंदर ही मोबाइल फोन की वरतों करते हुए पहला तो अपने साथी दे नाल वीडियो बनाई फिर उसनू अपलोड भी किया सोशल मीडिया अकाउंट इंस्टाग्राम ते अते जो काफ़ी वायरल भी हुई। इस संबंध च जदों पुलिस अधिकारियों नाल गलबात की गई तो DSP शमशेर सिंह ने दसाया कि उन्होंने ध्यान दे विच मामला आया तो जेल च बंद ਹਵਾਲਾਤੀ ਕਰਨ ਸਿੰਘ ਅਤੇ ਚਿੰਨੀ ਨਾਮਕ ਦੇ ਦੋ ਹਵਾਲਾਤੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਉਹਨਾਂ ਵੱਲੋਂ ਜੇਲ੍ਹ ਦੇ ਅੰਦਰ ਬੈਠ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੜਤਾਲ ਹੁਣ ਕੀਤੀ ਜਾ ਰਹੀ ਹੈ। ਜਿਵੇਂ ਹੀ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਲਿਖਤੀ ਸ਼ਿਕਾਇਤ ਦਿੰਦਾ ਅਤੇ ਉਸ ਤੋਂ ਬਾਅਦ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹਨਾਂ ਦੋਵੇਂ ਹਵਾਲਾਤੀਆਂ ਖਿਲਾਫ਼ ਕੁੱਟਮਾਰ ਅਤੇ ਹੋਰ ਜੁਰਮਾਂ ਦੇ ਤਹਿਤ ਕਈ ਮਾਮਲੇ ਵੀ ਦਰਜ ਨੇ। ਇਸ ਤੋਂ ਪਹਿਲਾਂ ਵੀ ਫਰੀਦਕੋਟ ਦੀ ਸੈਂਟਰਲ ਜੇਲ੍ਹ ਤੋਂ ਅਜਿਹੀਆਂ ਵੀਡੀਓਜ਼ ਆ ਚੁੱਕੀਆਂ ਨੇ ਅਤੇ ਹੁਣ ਇੱਕ ਵਾਰ ਫਿਰ ਹਵਾਲਾਤੀਆਂ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਇੱਕ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਵੀ ਕੀਤੀ ਗਈ ਜੋ ਕਿ ਜੇਲ੍ਹ ਪ੍ਰਸ਼ਾਸਨ 'ਤੇ ਇੱਕ ਵਾਰ ਫਿਰ ਵੱਡੇ ਸਵਾਲਿਆ ਨਿਸ਼ਾਨ ਖੜ੍ਹੇ ਕਰਦਾ ਹੈ। ਦੇਖਦੇ ਹਾਂ ਸਾਰੀ ਇਹ ਵੀਡੀਓ ਆਪਣਾ ਇਹਦੇ ਵੱਲੋਂ ਅਪਲੋਡ ਹੋਈ ਹੈ, ਸਾਰਾ ਇਹਦਾ ਮਟੀਰੀਅਲ ਕੱਢਦੇ ਹਾਂ ਜੀ, ਇਹਨਾਂ 'ਤੇ ਅਗੇਂਸਟ ਕੇਸ ਰਜਿਸਟਰ ਕਰਕੇ ਪ੍ਰੋਡਕਸ਼ਨ ਰੰਟ 'ਤੇ ਇਹਨਾਂ ਨੂੰ ਲੈ ਕੇ ਉਹਨਾਂ ਦੀ ਕਾਰਵਾਈ ਕਰਦੇ ਹਾਂ। ਜਦੋਂ ਮੋਬਾਈਲ ਫੈਂਕੀ ਵਗੈਰਾ ਨਾਲ ਅੰਦਰ ਆ ਜਾਂਦੀ ਹੈ ਉਹਨੂੰ ਯੂਜ਼ ਕਰ ਲੈਂਦੇ ਇਹ ਤਾਂ ਫਿਰ ਇਹਨਾਂ ਦੀ ਜਿਹੜੀ ਬਰਾਮਦਗੀ ਵੀ ਹੁੰਦੀ ਹੈ, ਪਰਚੇ ਵੀ ਕਾਫੀ ਹੋ ਜਾਂਦੇ ਇਹਨਾਂ 'ਤੇ, ਕਾਰਵਾਈ ਕਰਦੇ ਹਾਂ। ਬਸ ਉਹ ਆ ਜੂਗੀ ਜਦੋਂ ਵੀਡੀਓ ਘੁੰਮ ਜਾਂਦੀ ਫਿਰ ਉਹ ਸਾਨੂੰ ਭੇਜ ਦਿੰਦੇ ਲੈਟਰ 'ਚ ਜਿੱਦਾਂ ਕੰਪਲੇਂਟ ਆਉਂਦੀ ਹੈ ਕੇਸ ਰਜਿਸਟਰ ਕਰਕੇ ਜੀ। ਕਿੰਨੀ ਕਾਰਵਾਈ ਕਰਦੇ? ਹਾਂ, ਇੱਕ ਦਾ ਨਾਮ ਚੀਨੀ ਜੀ ਨਿਕਲ ਰਿਹਾ ਜੀ। ਹਾਂਜੀ, ਮਹਿਜ 15 ਦਿਨ ਦੇ ਅੰਦਰ ਅੰਦਰ ਇਹ ਤੀਸਰਾ ਮਾਮਲਾ ਸਾਹਮਣੇ ਆਇਆ ਜਦੋਂ ਜੇਲ੍ਹ ਦੇ ਵਿੱਚ ਬੰਦ ਬੈਠੇ ਕੈਦੀ ਵੱਲੋਂ ਜੇਲ੍ਹ ਦੇ ਅੰਦਰ ਹੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਪਹਿਲਾਂ ਤਾਂ ਆਪਣੇ ਸਾਥੀ ਦੇ ਨਾਲ ਵੀਡੀਓ ਬਣਾਈ ਫਿਰ ਉਸ ਨੂੰ ਅਪਲੋਡ ਵੀ ਕੀਤਾ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਅਤੇ ਜੋ ਕਾਫ਼ੀ ਵਾਇਰਲ ਵੀ ਹੋਈ। ਇਸ ਸੰਬੰਧ 'ਚ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ DSP ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਅਤੇ ਜੇਲ੍ਹ 'ਚ ਬੰਦ ਹਵਾਲਾਤੀ ਕਰਨ ਸਿੰਘ ਅਤੇ ਚਿੰਨੀ ਨਾਮਕ ਦੇ ਦੋ ਹਵਾਲਾਤੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਉਹਨਾਂ ਵੱਲੋਂ ਜੇਲ੍ਹ ਦੇ ਅੰਦਰ ਬੈਠ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੜਤਾਲ ਹੁਣ ਕੀਤੀ ਜਾ ਰਹੀ ਹੈ। ਜਿਵੇਂ ਹੀ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਲਿਖਤੀ ਸ਼ਿਕਾਇਤ ਦਿੰਦਾ ਅਤੇ ਉਸ ਤੋਂ ਬਾਅਦ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹਨਾਂ ਦੋਵੇਂ ਹਵਾਲਾਤੀਆਂ ਖਿਲਾਫ਼ ਕੁੱਟਮਾਰ ਅਤੇ ਹੋਰ ਜੁਰਮਾਂ ਦੇ ਤਹਿਤ ਕਈ ਮਾਮਲੇ ਵੀ ਦਰਜ ਨੇ। ਇਸ ਤੋਂ ਪਹਿਲਾਂ ਵੀ ਫਰੀਦਕੋਟ ਦੀ ਸੈਂਟਰਲ ਜੇਲ੍ਹ ਤੋਂ ਅਜਿਹੀਆਂ ਵੀਡੀਓਜ਼ ਆ ਚੁੱਕੀਆਂ ਨੇ ਅਤੇ ਹੁਣ ਇੱਕ ਵਾਰ ਫਿਰ ਹਵਾਲਾਤੀਆਂ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਇੱਕ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਵੀ ਕੀਤੀ ਗਈ ਜੋ ਕਿ ਜੇਲ੍ਹ ਪ੍ਰਸ਼ਾਸਨ 'ਤੇ ਇੱਕ ਵਾਰ ਫਿਰ ਵੱਡੇ ਸਵਾਲਿਆ ਨਿਸ਼ਾਨ ਖੜ੍ਹੇ ਕਰਦਾ ਹੈ। ਦੇਖਦੇ ਹਾਂ ਸਾਰੀ ਇਹ ਵੀਡੀਓ ਆਪਣਾ ਇਹਦੇ ਵੱਲੋਂ ਅਪਲੋਡ ਹੋਈ ਹੈ, ਸਾਰਾ ਇਹਦਾ ਮਟੀਰੀਅਲ ਕੱਢਦੇ ਹਾਂ ਜੀ, ਇਹਨਾਂ 'ਤੇ ਅਗੇਂਸਟ ਕੇਸ ਰਜਿਸਟਰ ਕਰਕੇ ਪ੍ਰੋਡਕਸ਼ਨ ਰੰਟ 'ਤੇ ਇਹਨਾਂ ਨੂੰ ਲੈ ਕੇ ਉਹਨਾਂ ਦੀ ਕਾਰਵਾਈ ਕਰਦੇ ਹਾਂ। ਜਦੋਂ ਮੋਬਾਈਲ ਫੈਂਕੀ ਵਗੈਰਾ ਨਾਲ ਅੰਦਰ ਆ ਜਾਂਦੀ ਹੈ ਉਹਨੂੰ ਯੂਜ਼ ਕਰ ਲੈਂਦੇ ਇਹ ਤਾਂ ਫਿਰ ਇਹਨਾਂ 'ਤੇ ਜਿਹੜੀ ਬਰਾਮਦਗੀ ਵੀ ਹੁੰਦੀ ਹੈ, ਪਰਚੇ ਵੀ ਕਾਫੀ ਹੋ ਜਾਂਦੇ ਇਹਨਾਂ 'ਤੇ,
ਕਰ ਵੀ ਸਕਦੇ ਹਾਂ। ਕੋਈ ਸ਼ਿਕਾਇਤ ਦਰਜ ਕਰਾਈ ਗਈ ਇਸ ਨਾਲ? ਬਸ ਉਹ ਆ ਜੂਗੀ ਜੀ, ਜਿਹੜਾ ਵੀਡੀਓ ਘੁੰਮ ਜਾਂਦੀ ਫਿਰ ਉਹ ਸਾਨੂੰ ਭੇਜ ਦਿੰਦੇ ਲੈਟਰ 'ਚ, ਜਿੱਦਾਂ ਕੰਪਲੇਂਟ ਆਉਂਦੀ ਹੈ ਕੇਸ ਰਜਿਸਟਰ ਕਰਕੇ ਜੀ। ਕਰਵਾਈ ਕਰਵਾਈ ਕਰ ਨਾਮ ਵਗੈਰਾ ਪਤਾ ਹੈ? ਹਾਂ, ਇੱਕ ਦਾ ਨਾਮ ਚੀਨੀ ਜੀ ਨਿਕਲੇ ਜੀ। ਹਾਂਜੀ, ਇੱਕ ਹੋਰ ਵਿਅਕਤੀ ਨਾਲ ਜੀ। ਹਾਂਜੀ, ਇਹ ਲੜਾਈ ਝਗੜੇ 'ਤੇ ਕਾਫੀ ਮੁਕੱਦਮੇ ਦਰਜ ਹੈ ਜੀ। ਹਾਂਜੀ, ਹਾਂ ਪਿੱਛੇ ਜੇਲ੍ਹ 'ਚ ਗਏ ਜੀ 3-7 ਜੀ।